ਰੋਡ ਦੀ ਵੋਲਵੋ ਗੱਡੀ ਨੂੰ ਭਿਆਨਕ ਅੱਗ ਲੱਗੀ, ਜਿਸ ਤੋਂ ਬਾਅਦ SSF ਦੀ ਟੀਮ ਮੌਕੇ ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਗਿਆ, ਕੜੀ ਮਸ਼ਕਤ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਤਾਂ ਇਹ ਰੋਡ ਆ ਜਿਹੜਾ ਪੂਰਾ ਮੁਲਾਜ਼ਮਾਂ ਦੇ ਵੱਲੋਂ ਖਾਲੀ ਕਰਵਾਇਆ ਗਿਆ। ਭਿਆਨਕ ਅੱਗ ਦੀਆਂ ਇਹ ਤਸਵੀਰਾਂ ਬਰਨਾਲਾ ਤੋਂ ਸਾਹਮਣੇ ਆਈਆਂ ਨੇ। 1 ਕਰੋੜ ਦੀ ਗੱਡੀ ਨੂੰ ਅੱਗ ਲੱਗੀ, ਮੌਕੇ ਤੇ SSF ਦੀ ਟੀਮ ਪਹੁੰਚ ਗਈ, ਕੜੀ ਮਸ਼ਕਤ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ। ਦੱਸਦੇ ਕਿ ਬਰਨਾਲਾ ਦੀ SSF ਟੀਮ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਕਿ ਇੱਥੇ ਇੱਕ ਵੋਲਵੋ ਨੂੰ ਅੱਗ ਲੱਗੀ ਹੋਈ ਹੈ। ਇਹਨੇ ਨੂੰ SSF ਦੀ ਟੀਮ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜੁਟ ਗਈ। ਵਾਹਨ ਨੂੰ ਸਾਈਡ ਤੇ ਕਰਵਾ ਕੇ ਪੂਰਾ ਰੋਡ ਕਲੀਅਰ ਕਰਵਾਇਆ ਗਿਆ। ਤਾਂ SSF ਲੋਕਾਂ ਦੇ ਲਈ, ਜੋ ਰਾਹਗੀਰ ਨੇ, ਉਹਨਾਂ ਦੇ ਲਈ ਕਾਰਗਰ ਸਾਬਿਤ ਹੋ ਰਹੀ ਹੈ, ਜਿੱਥੇ ਕਿ ਮਨੁੱਖੀ ਜਾਨਾਂ ਲਗਾਤਾਰ SSF ਟੀਮ ਦੇ ਵੱਲੋਂ ਬਚਾਈਆਂ ਜਾ ਰਹੀਆਂ ਨੇ। ਤਾਂ ਇਹ ਬਰਨਾਲਾ ਦੀਆਂ ਤਸਵੀਰਾਂ ਨੇ ਜਿੱਥੇ 1 ਕਰੋੜ ਦੀ ਵੋਲਵੋ ਗੱਡੀ ਨੂੰ ਭਿਆਨਕ ਅੱਗ ਲੱਗੀ। ਕਿਸੇ ਰਾਹਗੀਰ ਨੇ SSF ਦੀ ਟੀਮ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਨਾਲ ਮਿਲ ਕੇ ਇਸ ਅੱਗ ਤੇ ਕਾਬੂ ਪਾਇਆ ਗਿਆ। 1 ਕਰੋੜ ਦੀ ਵੋਲਵੋ ਗੱਡੀ ਨੂੰ ਭਿਆਨਕ ਅੱਗ ਲੱਗੀ, ਜਿਸ ਤੋਂ ਬਾਅਦ SSF ਦੀ ਟੀਮ ਮੌਕੇ ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਗਿਆ, ਕੜੀ ਮਸ਼ਕਤ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਤਾਂ ਇਹ ਰੋਡ ਆ ਜਿਹੜਾ ਪੂਰਾ ਮੁਲਾਜ਼ਮਾਂ ਦੇ ਵੱਲੋਂ ਖਾਲੀ ਕਰਵਾਇਆ ਗਿਆ। ਭਿਆਨਕ ਅੱਗ ਦੀਆਂ ਇਹ ਤਸਵੀਰਾਂ ਬਰਨਾਲਾ ਤੋਂ ਸਾਹਮਣੇ ਆਈਆਂ ਨੇ। 1 ਕਰੋੜ ਦੀ ਗੱਡੀ ਨੂੰ ਅੱਗ ਲੱਗੀ, ਮੌਕੇ ਤੇ SSF ਦੀ ਟੀਮ ਪਹੁੰਚ ਗਈ, ਕੜੀ ਮਸ਼ਕਤ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ। ਦੱਸਦੇ ਕਿ ਬਰਨਾਲਾ ਦੀ SSF ਟੀਮ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਕਿ ਇੱਥੇ ਇੱਕ ਵੋਲਵੋ ਨੂੰ ਅੱਗ ਲੱਗੀ ਹੋਈ ਹੈ। ਇਹਨੇ ਨੂੰ SSF ਦੀ ਟੀਮ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜੁਟ ਗਈ। ਵਾਹਨ ਨੂੰ ਸਾਈਡ ਤੇ ਕਰਵਾ ਕੇ ਪੂਰਾ ਰੋਡ ਕਲੀਅਰ ਕਰਵਾਇਆ ਗਿਆ। ਤਾਂ SSF ਲੋਕਾਂ ਦੇ ਲਈ, ਜੋ ਰਾਹਗੀਰ ਨੇ, ਉਹਨਾਂ ਦੇ ਲਈ ਕਾਰਗਰ ਸਾਬਿਤ ਹੋ ਰਹੀ ਹੈ, ਜਿੱਥੇ ਕਿ ਮਨੁੱਖੀ ਜਾਨਾਂ ਲਗਾਤਾਰ SSF ਟੀਮ ਦੇ ਵੱਲੋਂ ਬਚਾਈਆਂ ਜਾ ਰਹੀਆਂ ਨੇ। ਤਾਂ ਇਹ ਬਰਨਾਲਾ ਦੀਆਂ ਤਸਵੀਰਾਂ ਨੇ ਜਿੱਥੇ 1 ਕਰੋੜ ਦੀ ਵੋਲਵੋ ਗੱਡੀ ਨੂੰ ਭਿਆਨਕ ਅੱਗ ਲੱਗੀ। ਕਿਸੇ ਰਾਹਗੀਰ ਨੇ SSF ਦੀ ਟੀਮ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਨਾਲ ਮਿਲ ਕੇ ਇਸ ਅੱਗ ਤੇ ਕਾਬੂ ਪਾਇਆ ਗਿਆ। 1 ਕਰੋੜ ਦੀ ਵੋਲਵੋ ਗੱਡੀ ਨੂੰ ਭਿਆਨਕ ਅੱਗ ਲੱਗੀ, ਜਿਸ ਤੋਂ ਬਾਅਦ SSF ਦੀ ਟੀਮ ਮੌਕੇ ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਗਿਆ, ਕੜੀ ਮਸ਼ਕਤ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਤਾਂ ਇਹ ਰੋਡ ਆ ਜਿਹੜਾ ਪੂਰਾ ਮੁਲਾਜ਼ਮਾਂ ਦੇ ਵੱਲੋਂ ਖਾਲੀ ਕਰਵਾਇਆ ਗਿਆ। ਭਿਆਨਕ ਅੱਗ ਦੀਆਂ ਇਹ ਤਸਵੀਰਾਂ ਬਰਨਾਲਾ ਤੋਂ ਸਾਹਮਣੇ ਆਈਆਂ ਨੇ। 1 ਕਰੋੜ ਦੀ ਗੱਡੀ ਨੂੰ ਅੱਗ ਲੱਗੀ, ਮੌਕੇ ਤੇ SSF ਦੀ ਟੀਮ ਪਹੁੰਚ ਗਈ, ਕੜੀ ਮਸ਼ਕਤ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ। ਦੱਸਦੇ ਕਿ ਬਰਨਾਲਾ ਦੀ SSF ਟੀਮ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਕਿ ਇੱਥੇ ਇੱਕ ਵੋਲਵੋ ਨੂੰ ਅੱਗ ਲੱਗੀ ਹੋਈ ਹੈ। ਇਹਨੇ ਨੂੰ SSF ਦੀ ਟੀਮ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜੁਟ ਗਈ। ਵਾਹਨ ਨੂੰ ਸਾਈਡ ਤੇ ਕਰਵਾ ਕੇ ਪੂਰਾ ਰੋਡ ਕਲੀਅਰ ਕਰਵਾਇਆ ਗਿਆ। ਤਾਂ SSF ਲੋਕਾਂ ਦੇ ਲਈ, ਜੋ ਰਾਹਗੀਰ ਨੇ, ਉਹਨਾਂ ਦੇ ਲਈ ਕਾਰਗਰ ਸਾਬਿਤ ਹੋ ਰਹੀ ਹੈ, ਜਿੱਥੇ ਕਿ ਮਨੁੱਖੀ ਜਾਨਾਂ ਲਗਾਤਾਰ SSF ਟੀਮ ਦੇ ਵੱਲੋਂ ਬਚਾਈਆਂ ਜਾ ਰਹੀਆਂ ਨੇ। ਤਾਂ ਇਹ ਬਰਨਾਲਾ ਦੀਆਂ ਤਸਵੀਰਾਂ ਨੇ ਜਿੱਥੇ 1 ਕਰੋੜ ਦੀ ਵੋਲਵੋ ਗੱਡੀ ਨੂੰ ਭਿਆਨਕ ਅੱਗ ਲੱਗੀ। ਕਿਸੇ ਰਾਹਗੀਰ ਨੇ SSF ਦੀ ਟੀਮ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਨਾਲ ਮਿਲ ਕੇ ਇਸ ਅੱਗ ਤੇ ਕਾਬੂ ਪਾਇਆ ਗਿਆ।